ਕਿਸੇ ਦੇ ਚਿਹਰੇ ਨੂੰ ਦੇਖ ਕੇ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਇਨਸਾਨ ਕਿਹੋ ਜਿਹੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਮਾਨਸਿਕ ਸਿਹਤ ਇੱਕ ਇਹੋ ਜਿਹੀ ਚੀਜ਼ ਹੈ ਜੋ ਕਿਸੇ ਨੂੰ ਮਨ ਹੀ ਮਨ ਬਹੁਤ ਸਤਾ ਸਕਦੀ ਹੈ, ਪਰ ਉਸ ਦੀ ਭਿਣਕ ਕਿਸੇ ਨੂੰ ਬਾਹਰ ਨਹੀਂ ਲੱਗਦੀ। ਇਸ ਵਿਸ਼ੇ ਨਾਲ ਜੁੜੀਆਂ ਹੋਈਆਂ ਤਕਲੀਫਾਂ ਬਾਰੇ ਜਾਗਰੂਕਤਾ ਜਗਾਉਣ ਵਾਸਤੇ ਮਨਪ੍ਰੀਤ ਢਿੱਲੋਂ ਆਪਣੀ ਕੋਸ਼ਿਸ਼ ਕਰ ਰਹੇ ਹਨ। 2013 ਵਿੱਚ ਇਹਨਾਂ ਨੂੰ ਬਰਨਆਊਟ ਅਤੇ ਡਿਪਰੈਸ਼ਨ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਇਹ ਹੁਣ ਆਪਣੀ ਕਹਾਣੀ ਦੂਸਰਿਆਂ ਨਾਲ ਵੰਡ ਰਹੇ ਹਨ। ਜਦ ਮੇਰੇ ਬ੍ਰਦਰ ਹੁੰਦੇ ਸੀ 32 ਈਅਰ ਸੀ, 2013 ਵਿੱਚ ਉਹ ਪੂਰੇ ਹੋ ਗਏ। ਉਸ ਤੋਂ ਬਾਅਦ ਡਿਪਰੈਸ਼ਨ ਹੋ ਗਿਆ ਸੀ ਮੈਨੂੰ, ਐਂਡ ਯੂ ਨੋ ਉਹਦੀ ਯਾਦਾਂ ਦੇ ਵਿੱਚ ਨਾ ਉੱਦਾਂ ਵੀ ਫਿਰ ਜੇ ਕੋਈ ਇੱਦਾਂ ਕੋਈ ਪੂਰਾ ਹੁੰਦਾ ਤੁਹਾਨੂੰ ਸਾਰਾ ਕੁਛ ਚੰਗਾ ਨਹੀਂ ਲੱਗਦਾ, ਤੁਸੀਂ ਆਪਣੇ ਬਾਰੇ ਵੀ ਸੋਚਣ ਲੱਗ ਪੈਂਦੇ ਮੈਂ ਕਾਹਤੇ ਜੀਂਦੀ ਹਾਂ, ਮੈਂ ਕਾਹਤੇ ਮੇਰਾ ਕੀ ਮਸਕਤ ਹੈ ਇੱਥੇ ਦੁਨੀਆਂ ਵਿੱਚ, ਮੈਂ ਕਾਹਤੇ ਨਹੀਂ ਗਈ ਉਹ ਕਾਹਤੇ ਗਿਆ। ਸੋ ਉਸ ਤਰ੍ਹਾਂ ਮੈਨੂੰ ਇੱਦਾਂ ਹੋ ਗਿਆ ਸੀ, ਮੈਂ ਫਿਰ ਯੂ ਨੋ ਸੁੱਤੀ ਰਹਿੰਦੀ ਸੀ, ਪਰ ਮੈਨੂੰ ਇੱਦਾਂ ਹੁੰਦਾ ਸੀ ਕੋਈ ਚੀਜ਼ ਚੰਗੀ ਨਹੀਂ ਲੱਗਦੀ ਸੀ। ਮਨਪ੍ਰੀਤ ਨੇ ਜਦ ਇਹ ਪਹਿਚਾਨਿਆ ਕਿ ਇਹਨਾਂ ਦੀ ਮਾਨਸਿਕ ਸਿਹਤ ਸਹੀ ਨਹੀਂ ਚੱਲ ਰਹੀ, ਤਾਂ ਇਹਨਾਂ ਨੇ ਮਦਦ ਲੈਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਮੈਂ ਨੈਚੁਰੋਪੈਥ ਗਈ ਸੀ, ਉਹ ਫਿਰ ਜੇ ਨੈਚੁਰਲ ਰੈਕਮੈਂਡੇਸ਼ਨ ਉਹ ਨਹੀਂ ਦਿੱਤੀਆਂ, ਮੈਂ ਦਵਾਈ ਤਾਂ ਲਈ ਨਹੀਂ ਸੀ, ਪਰ ਉਹਨੇ ਮੈਨੂੰ ਕਾਫੀ ਫਰਕ ਪੈ ਗਿਆ ਸੀ। ਨਾਲੇ ਖਾਣੇ ਦਾ ਕਾਫੀ ਫਰਕ ਸੀ, ਖਾਣੇ ਜਿਹੜੇ ਮੈਂ ਖਾਂਦੀ ਸੀ, ਜਿੰਨੇ ਮੈਂ ਲੈਸ ਜਿੰਨੇ ਮੈਂ ਵੈਜੀਟੇਬਲਸ ਜ਼ਿਆਦਾ ਖਾਂਦੀ ਸੀ, ਪ੍ਰੋਟੀਨ ਜ਼ਿਆਦਾ ਖਾਂਦੀ ਸੀ, ਉਨੇ ਮੈਂ ਮੇਰੀ ਸਿਹਤ ਮੇਰਾ ਦਿਮਾਗੀ ਸਿਹਤ ਠੀਕ ਰਹਿੰਦੀ ਸੀ। ਨਾਲੇ ਉਸ ਤਰ੍ਹਾਂ ਕੈਂਸਰ ਕਾਫੀ ਕੈਂਸਰ ਤਾਂ ਜ਼ਰੂਰੀ ਸੀ। ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨ ਤੋਂ ਬਾਅਦ ਮਨਪ੍ਰੀਤ ਨੇ ਹੁਣ ਆਪਣੇ ਡਿਪਰੈਸ਼ਨ ਨੂੰ ਇੱਕ ਵੱਡੇ ਹੱਦ ਤੱਕ ਕਾਬੂ ਕਰ ਲਿਆ ਹੈ। ਹੁਣ ਮੈਂ ਇੰਨੀ ਖੁਸ਼ ਹਾਂ, ਲਾਈਕ ਜੋ ਉੱਠਦੀ ਵੀ ਸਵੇਰ ਨੂੰ ਮੈਂ ਖੁਸ਼ੀ ਰਹਿੰਦੀ ਹਾਂ, ਐਂਡ ਇਸ ਤਰ੍ਹਾਂ ਸਾਰੇ ਜਿਹੜੇ ਮੇਰੇ ਨੇੜੇ ਦੇ ਬੰਦੇ ਵੀ ਆ, ਲਾਈਕ ਸਾਰੇ ਮੇਰੇ ਫਰੈਂਡਸ ਫੈਮਿਲੀ, ਉਹਨਾਂ ਨੂੰ ਪਤਾ ਹੈ ਜਦ ਮੈਂ ਜੇ ਮੇਰਾ ਲਾਈਕ ਮਾੜਾ ਵੀ ਯੂ ਨੋ ਡਾਊਨ ਹੁੰਦੀ ਹਾਂ, ਉਹਨੀ ਪੁੱਛਣਾ ਅੱਛਾ ਉੱਦਾਂ ਹੀ ਤੂੰ ਡਾਊਨ ਹੈ ਜਾਂ ਕੀ ਚੱਲਦਾ ਰਹੇ, ਪਰ ਇਸ ਤਰ੍ਹਾਂ ਜਿਹੜੀ ਸਪੋਰਟ ਹੈ ਮੇਰੇ ਕੋਲ ਉਹਨਾਂ ਬਾਰੇ ਮੈਂ ਬੜੀ ਲਾਈਕ ਥੈਂਕਫੁਲ ਹਾਂ, ਇੰਨੀ ਸਪੋਰਟ ਹੈਗੀ ਆ। ਨਾਲੇ ਜੇ ਯੂ ਨੋ ਕਾਫੀ ਮੈਨੇਜ ਕੀਤਾ ਆ, ਮੈਂ ਤਾਂ ਹੀ ਹੁਣ ਗੱਲ ਕਰ ਸਕਦੀ ਉਹਦੇ ਬਾਰੇ, ਮੈਨੇਜ ਕੀਤਾ ਆ, ਮੈਂ ਇਸ ਤਰ੍ਹਾਂ ਮੈਂ ਬਾਕੀ ਨੂੰ ਵੀ ਦੱਸ ਸਕਦੀ ਹਾਂ ਮੈਨੇਜ ਕਰਨੇ ਹੋ ਸਕਦਾ ਆ। ਜਿੱਥੇ ਇੱਕ ਪਾਸੇ ਮਨਪ੍ਰੀਤ ਆਪਣੀ ਮਾਨਸਿਕ ਸਿਹਤ ਦਾ ਚੰਗਾ ਖਿਆਲ ਰੱਖ ਰਹੀ ਹੈ, ਦੂਸਰੇ ਪਾਸੇ ਇਸ ਦੇ ਰੀਲੈਪਸਿਸ ਕਾਰਨ ਫਿਰ ਵੀ ਕਦੀ ਕਦੀ ਇਹਨਾਂ ਨੂੰ ਤਕਲੀਫ ਸਹਿਣੀ ਪੈਂਦੀ ਹੈ, ਪਰ ਹੁਣ ਇਹਨਾਂ ਨੂੰ ਇਸ ਦਾ ਸਾਹਮਣਾ ਕਰਨਾ ਆਉਂਦਾ ਹੈ। ਕਹਿੰਦੇ ਹੁਣ ਸਾਰਾ ਕੁਛ ਚੰਗਾ ਚੱਲਦਾ ਆ, ਪਰ ਕਈ ਵੀ ਤੁਹਾਨੂੰ ਪਤਾ ਹੀ ਨਹੀਂ ਲੱਗਦਾ, ਤੁਸੀਂ ਉੱਧੇ ਰੋਣ ਲੱਗ ਪੈਂਦੇ ਹੋ, ਯੂ ਨੋ ਤੁਸੀਂ ਉੱਠਦੇ ਤੁਹਾਡੇ ਯੂ ਨੋ ਮੂਡ ਤੁਹਾਡਾ ਆਫ ਹੁੰਦਾ ਆ, ਪਰ ਤੁਹਾਨੂੰ ਫਿਰ ਵੀ ਕੰਮ 'ਤੇ ਜਾਣਾ ਪੈਂਦਾ, ਜੋ ਮਰਜ਼ੀ ਤੁਸੀਂ ਕਰਦੇ ਹੋ, ਉਹ ਸਾਰਾ ਕੁਛ ਫੇਵ ਚੰਗਾ ਨਹੀਂ ਲੱਗਣਾ ਪੈਂਦਾ, ਫਿਰ ਮੈਨੂੰ ਇੱਦਾਂ ਦੇਖਣਾ ਪੈਂਦਾ ਓਕੇ ਹੁਣ ਜੇ ਕਈ ਵਾਰੀ ਮੈਂ ਆਪਣਾ ਇੱਕ ਯੂ ਨੋ ਥੋੜ੍ਹਾ ਟਾਈਮ ਦੇ ਦੂੰਗੀ ਆਪਣੇ ਆਪ ਨੂੰ ਇੱਦਾਂ ਰੋਣ ਨੂੰ ਜਾਂ ਸੌਣ ਨੂੰ ਜਾਂ ਕੀ ਕੁਛ ਵੀ ਚਾਹੀਦਾ ਆ, ਪਰ ਫਿਰ ਮੈਂ ਇੱਦਾਂ ਵੀ ਦੇਖਣਾ ਫਿਰ ਮੈਂ ਅੱਛਾ ਮੇਰਾ ਖਾਣਾ ਕਿੱਦਾਂ ਦਾ ਆ, ਮੈਨੂੰ ਮੈਂ ਕੈਂਸਲਿੰਗ ਯੂ ਨੋ ਜਾਂਦੀ ਸੀ ਉਹ ਚਾਹੀਦਾ ਮੇਰੇ ਲਾਈਕ ਵਾਈਟਮਿਨਸ ਕਿੱਦਾਂ ਆ, ਸਾਰਾ ਕੁਛ ਫਿਰ ਅਹਿਸਾਸ ਕਰਕੇ ਦੇਖਣਾ ਪੈਂਦਾ, ਫਿਰ ਯੂ ਨੋ ਮੈਨੂੰ ਫਿਰ ਨਹੀਂ ਰੀਲੈਪਸ ਹੋਊਂਗੀ, ਬਿਕਾਜ਼ ਮੈਨੂੰ ਪਤਾ ਰੀਲੈਪਸ ਹੋਣੀ ਹੋਣੀ ਆ। ਇਹਨਾਂ ਦੇ ਆਪਣੇ ਤਜੁਰਬੇ ਮੁਤਾਬਕ ਕਹਿਣਾ ਹੈ ਕਿ ਹਰ ਕਿਸੇ ਨੂੰ ਆਪਣੀ ਮਾਨਸਿਕ ਸਿਹਤ ਵੱਲ ਧਿਆਨ ਦੇਣਾ ਚਾਹੀਦਾ ਹੈ। ਮੈਂ ਇੱਦਾਂ ਜ਼ਰੂਰ ਕਹੂੰਗੀ ਡਾਕਟਰ ਦੇ ਜ਼ਰੂਰ ਜਾਣਾ, ਜਿੱਦਾਂ ਵੀ ਨੈਚੁਰਪੈਥ ਹੋਵੇ ਮੈਡੀਕਲ ਡਾਕਟਰ ਹੋਵੇ, ਉਹਨਾਂ ਦੇ ਜ਼ਰੂਰ ਜਾ ਕੇ ਜਿਹੜੀਆਂ ਤੁਹਾਨੂੰ ਸਪੋਰਟ ਚਾਹੀਦੀ, ਸਪਲੀਮੈਂਟਸ ਚਾਹੀਦੇ ਆ, ਵਾਈਟਮਿਨਸ ਚਾਹੀਦੇ ਆ, ਦਵਾਈ ਚਾਹੀਦੀ ਆ, ਜ਼ਰੂਰ ਲੈਣੀ ਆ। ਇੱਦਾਂ ਨਹੀਂ ਹੈ ਕੁਛ ਰੋਂਗ ਨਹੀਂ ਹੈਗਾ ਇਸ ਚੀਜ਼ਾਂ ਦੇ ਲੈਣ ਨੂੰ, ਕਿ ਕਈ ਵਾਰੀ ਕੈਮੀਕਲ ਇੰਬੈਲੈਂਸ ਹੁੰਦਾ, ਤੁਸੀਂ ਆਪ ਕੁਛ ਫਿਕਸ ਨਹੀਂ ਕਰ ਸਕਦੇ, ਕੈਂਸਲਿੰਗ ਜ਼ਰੂਰ ਕਰਨੀ। ਨਾਲੇ ਜਿਹੜੇ ਤੁਹਾਡੇ ਕੋਲ ਦੇ ਬੰਦੇ ਆ, ਲਾਈਕ ਤੁਹਾਡੀ ਫੈਮਿਲੀ ਆ, ਤੁਹਾਡੇ ਫਰੈਂਡਸ ਆ, ਉਹਨਾਂ ਨੂੰ ਦੱਸੋ ਤੁਸੀਂ ਕੀ ਤੁਹਾਡੇ ਵਿੱਚ ਤੁਹਾਨੂੰ ਕੀ ਹੁੰਦਾ ਆ। ਮਨਪ੍ਰੀਤ ਵਾਂਗ ਬਹੁਤ ਸਾਰੇ ਲੋਕ ਆਪਣੇ ਹੱਸਦੇ ਚਿਹਰੇ ਪਿੱਛੇ ਦਰਦ ਲੁਕੋ ਕੇ ਚੱਲਦੇ ਹਨ, ਪਰ ਮਨਪ੍ਰੀਤ ਦਾ ਹੌਸਲਾ ਅਤੇ ਠੀਕ ਹੋਣ ਦੀ ਕੋਸ਼ਿਸ਼ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਕਾਮਯਾਬੀ ਹੈ। ਇਹਨਾਂ ਦਾ ਇਹ ਸੰਘਰਸ਼ ਦੂਸਰਿਆਂ ਵਾਸਤੇ ਇਹੋ ਜਿਹੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨ ਲਈ ਇੱਕ ਪ੍ਰੇਰਣਾ ਹੈ। ਰਿਸ਼ਮਾ ਚੋਹਾ, PC ਰਾਊਂਡ ਅਪ, ZTV ਵੈਂਕੂਵਰ।